ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਸਵਾਗਤ ਕਰਦਾ ਹਾਂ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਹਾਂ ਜੰਮੂ, ਅਤੇ ਉੱਥੇ ਆਪਾਂ ਸਾਰੀ ਪਲੇਸਿਸ ਨੂੰ ਕਵਰ ਕਰਾਂਗੇ। ਵੰਦੇ ਭਾਰਤ ਅਸੀਂ ਟ੍ਰੇਨ ਬੁੱਕ ਕੀਤੀ ਸੀ ਲੁਧਿਆਣੇ ਤੋਂ ਜੰਮੂ ਤੱਕ। ਇਸ ਟ੍ਰੇਨ ਦੇ ਵਿੱਚ ਤੁਹਾਡੀ ਫੀਡਬੈਕ ਵੀ ਲਈ ਜਾਂਦੀ ਹੈ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਟ੍ਰੇਨ ਦੇ ਵਿੱਚ। ਇੱਥੇ ਤੁਹਾਨੂੰ ਮੀਲ ਵੀ ਸਰਵ ਕੀਤੀ ਜਾਂਦੀ ਹੈ ਜੇਕਰ ਤੁਸੀਂ IRCTC ਦੀ ਵੈਬਸਾਈਟ ਜਾਂ ਐਪ ਤੋਂ ਬੁਕਿੰਗ ਕਰਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਚਾਏ ਹੈ ਇੱਥੇ ਸਰਵ ਹੁੰਦੀ ਹੈ, ਬਹੁਤ ਹੀ ਸਫਾਈ ਦਾ ਇੱਥੇ ਧਿਆਨ ਰੱਖਿਆ ਗਿਆ। ਜੇਕਰ ਤੁਸੀਂ ਵੀ ਜੰਮੂ ਤਵੀ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੰਮੂ ਤਵੀ ਤੱਕ ਵੰਦੇ ਭਾਰਤ ਦੀ ਟ੍ਰੇਨ, ਨਿਊ ਦਿੱਲੀ ਤੋਂ ਕਟਰਾ ਤੱਕ ਇਹ ਟ੍ਰੇਨ ਜਾਂਦੀ ਹੈ। ਅਗਰ ਤੁਸੀਂ ਕਟਰਾ ਵੀ ਜਾਣਾ ਚਾਹੁੰਦੇ ਹੋ ਤਾਂ ਇਸ ਟ੍ਰੇਨ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ। ਇਸ ਟ੍ਰੇਨ ਦੇ ਵਿੱਚ ਸਾਨੂੰ ਬਹੁਤ ਹੀ ਅੱਛਾ ਮੀਲ ਵੀ ਸਰਵ ਹੁੰਦੀ ਹੈ ਜੀ। ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ 'ਤੇ, ਇਹ ਬ੍ਰੇਕਫਾਸਟ ਹੈ ਅਤੇ ਇਹ ਸਾਨੂੰ ਸਨੈਕਸ ਨੇ। ਤੁਸੀਂ ਬਾਹਰ ਦਾ ਵਿਊ ਦੇਖ ਸਕਦੇ ਹੋ, ਬਹੁਤ ਹੀ ਸੁੰਦਰ ਲੱਗ ਰਿਹਾ ਹੈ ਐਂਡ ਬਹੁਤ ਹੀ ਸ਼ਾਂਤੀ ਹੈ ਇਸ ਟ੍ਰੇਨ ਦੇ ਵਿੱਚ, ਅਤੇ ਬਾਹਰ ਦੇ ਨਜ਼ਾਰੇ ਦੇਖਣ 'ਚ ਬਹੁਤ ਮਜ਼ਾ ਆਉਂਦਾ ਹੈ। ਤੁਸੀਂ ਵੀ ਇੱਕ ਵਾਰ ਇਸ ਟ੍ਰੇਨ ਦੇ ਵਿੱਚ ਜ਼ਰੂਰ ਸਫ਼ਰ ਕਰਿਓ। ਆਓ ਜੀ, ਹੁਣ ਆਪਾਂ ਚੱਲਦੇ ਹਾਂ ਬਾਹੂ ਫੋਰਟ ਦੇ ਵਿੱਚ ਬਣੇ ਹੋਏ ਮਹਾਂਕਾਲੀ ਜੀ ਦੇ ਟੈਂਪਲ ਵੱਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਸਵਾਗਤ ਕਰਦੇ ਹਾਂ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਜ ਅਸੀਂ ਆਏ ਹਾਂ ਜੰਮੂ ਦੇ ਵਿੱਚ ਬਣੇ ਹੋਏ ਬਾਹੂ ਫੋਰਟ ਨੂੰ ਵਿਜ਼ਿਟ ਕਰਨ। ਇਸ ਦੇ ਵਿੱਚ ਹੀ ਬਣਿਆ ਹੋਇਆ ਹੈ ਕਾਲੀ ਮਾਤਾ ਜੀ ਦਾ ਮੰਦਿਰ। ਆਪਾਂ ਬਾਹੂ ਫੋਰਟ ਨੂੰ ਵਿਜ਼ਿਟ ਕਰਾਂਗੇ ਅਤੇ ਕਾਲੀ ਮਾਤਾ ਜੀ ਦੇ ਮੰਦਿਰ ਦੇ ਵੀ ਦਰਸ਼ਨ ਕਰਾਂਗੇ। ਆਓ ਚੱਲਦੇ ਹਾਂ ਆਪਾਂ ਇਸ ਦੇ ਅੰਦਰ ਨੂੰ ਜੀ। ਇਸ ਜਗ੍ਹਾ ਉੱਪਰ ਪਾਰਕਿੰਗ ਦੀ ਪੂਰੀ ਵਿਵਸਥਾ ਕੀਤੀ ਹੋਈ ਹੈ ਜੀ। ਜੇਕਰ ਤੁਸੀਂ ਆਪਣਾ ਵਹੀਕਲ ਲੈ ਕੇ ਆਉਂਦੇ ਹੋ ਤਾਂ ਤੁਸੀਂ ਇੱਥੇ ਪਾਰਕ ਵੀ ਕਰ ਸਕਦੇ ਹੋ। ਹੁਣ ਆਪਾਂ ਜਾ ਰਹੇ ਹਾਂ ਮੰਦਿਰ ਦੇ ਅੰਦਰ ਨੂੰ ਜੀ। ਮੰਦਿਰ ਵਿੱਚ ਐਂਟਰ ਹੋਣ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਸ਼ੋਪਸ ਲੱਗੀਆਂ ਹੋਈਆਂ ਨੇ ਜਿੱਥੇ ਤੁਸੀਂ ਫਲਾਵਰਸ ਜਾਂ ਮੰਦਿਰ ਵਿੱਚ ਚੜਾਵੇ ਲਈ ਜੋ ਵੀ ਸਮਾਨ ਹੁੰਦਾ ਤੁਸੀਂ ਖਰੀਦ ਸਕਦੇ ਹੋ ਜੀ। ਹੁਣ ਆਪਾਂ ਜੀ ਮੰਦਿਰ ਦੇ ਸਭ ਤੋਂ ਨਜ਼ਦੀਕੀ ਪੁਆਇੰਟ 'ਤੇ ਪਹੁੰਚ ਚੁੱਕੇ ਹਾਂ ਅਤੇ ਇੱਥੇ ਸ਼ਨੀ ਦੇਵ ਜੀ ਦਾ ਮੰਦਿਰ ਹੈ ਅਤੇ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਜੀ। ਮਾਂ ਕਾਲੀ ਜੀ ਦਾ ਇਹ ਮੰਦਿਰ ਬਾਵੇ ਵਾਲੀ ਮਾਤਾ ਜੀ ਦੇ ਮੰਦਿਰ ਦੇ ਨਾਲ ਨਾਲ ਵੀ ਮਸ਼ਹੂਰ ਹੈ। ਇਸ ਨੂੰ ਜੰਮੂ ਦੇ ਬਾਹੂ ਫੋਰਟ ਵਿੱਚ ਬਣਾਇਆ ਗਿਆ ਹੈ। ਇਹ ਫੋਰਟ ਲਗਭਗ 3000 ਸਾਲ ਪੁਰਾਣਾ ਹੈ। ਇਸ ਕਿਲ੍ਹੇ ਨੂੰ ਰਾਜਾ ਬਾਹੂ ਲੋਚਨ ਜੀ ਨੇ ਬਣਵਾਇਆ ਸੀ। ਇਸ ਮੰਦਿਰ ਨੂੰ ਨਾ ਦੂਸਰਾ ਵੈਸ਼ਨੋ ਦੇਵੀ ਮਾਤਾ ਦਾ ਮੰਦਿਰ ਵੀ ਕਿਹਾ ਜਾਂਦਾ ਆ। ਇਹ ਮੰਦਿਰ ਨਾ ਲਗਭਗ 1822 ਈਸਵੀ ਵਿੱਚ ਬਣਾਇਆ ਗਿਆ ਸੀ। ਪਰ ਅਸੀਂ ਨਾ ਜਦੋਂ ਲੋਕਲ ਬੰਦਿਆਂ ਨਾਲ ਗੱਲਬਾਤ ਕੀਤੀ ਉਰੇ, ਵੀ ਉਹਨਾਂ ਨੂੰ ਪੁੱਛਿਆ ਵੀ ਇਹ ਮੰਦਿਰ ਕਿੰਨਾ ਕੁ ਪੁਰਾਣਾ ਆ, ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਤਕਰੀਬਨ 300 ਸਾਲ ਪੁਰਾਣਾ ਮੰਦਿਰ ਆ ਜੀ। ਤੁਸੀਂ ਵੀ ਜਦੋਂ ਜੰਮੂ ਸ਼ਹਿਰ ਦੇ ਵਿੱਚ ਆਵੋ ਜੀ ਤਾਂ ਇਸ ਕਾਲੀ ਮਾਤਾ ਜੀ ਦੇ ਮੰਦਿਰ ਦੇ ਦਰਸ਼ਨ ਜ਼ਰੂਰ ਕਰਿਓ ਜੀ। ਇਹ ਬਣਿਆ ਹੋਇਆ ਜੋੜਾ ਘਰ ਜੀ, ਇੱਥੇ ਜੋੜਾ ਉਤਾਰ ਕੇ ਚੱਲਦੇ ਹਾਂ ਆਪਾਂ ਅੰਦਰ ਨੂੰ ਜੀ। ਅਸੀਂ ਮੰਦਿਰ ਦੇ ਜੀ ਅੰਦਰ ਤੋਂ ਦਰਸ਼ਨ ਕਰ ਲਏ ਨੇ। ਅੰਦਰ ਵੀਡੀਓਗ੍ਰਾਫੀ ਅਲਾਊਡ ਨਹੀਂ ਸੀ, ਇਸ ਲਈ ਅਸੀਂ ਵੀਡੀਓ ਨਹੀਂ ਬਣਾ ਸਕੇ। ਆ ਜਾਓ ਚੱਲਦੇ ਹਾਂ ਆਪਾਂ ਹੁਣ ਹਰ ਕੀ ਪੌੜੀ ਵੱਲ ਨੂੰ ਜੀ। ਹਰਿਦੁਆਰ ਆਪਾਂ ਹਰ ਕੀ ਪੌੜੀ ਦੇਖੀ ਸੀ, ਜੰਮੂ ਦੇ ਵਿੱਚ ਵੀ ਹਰ ਕੀ ਪੌੜੀ ਬਣੀ ਹੋਈ ਆ। ਆ ਜਾਓ ਆਪਾਂ ਚੱਲਦੇ ਹਾਂ ਜੀ। ਇਸ ਮੰਦਿਰ ਦੇ ਨਾਲ ਹੀ ਬਾਗੇ ਬਾਹੂ ਵਿੱਚ ਬਣੇ ਹੋਏ ਹਨ ਦੋ ਬਹੁਤ ਹੀ ਵਧੀਆ ਪਲੇਸਿਸ, ਜਿਨ੍ਹਾਂ ਦਾ ਨਾਮ ਹੈ ਐਕੁਏਰੀਅਮ ਕਮ ਅਵੇਅਰਨੈਸ ਸੈਂਟਰ, ਜਿਸ ਵਿੱਚ ਮੱਛੀਆਂ ਨੂੰ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ। ਇੱਥੇ ਤੁਸੀਂ ਆ ਕੇ ਇਸ ਨੂੰ ਵਿਜ਼ਿਟ ਕਰ ਸਕਦੇ ਹੋ। ਸਾਡੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਇਸ ਦੀ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਨਾਲ ਹੀ ਅਸੀਂ ਕਵਰ ਕੀਤਾ ਸੀ ਲਾਈਟ ਐਂਡ ਸਾਊਂਡ ਸ਼ੋਅ। ਬਹੁਤ ਹੀ ਸੁੰਦਰ ਇਹ ਸ਼ੋਅ ਹੈਗਾ ਅਤੇ ਜੇਕਰ ਤੁਸੀਂ ਜੰਮੂ ਦੇ ਵਿੱਚ ਆਓ ਤਾਂ ਇਸ ਸ਼ੋਅ ਨੂੰ ਦੇਖਣਾ ਨਾ ਭੁੱਲਿਓ ਜੀ। ਜੇਕਰ ਤੁਸੀਂ ਜੰਮੂ ਦੇ ਵਿੱਚ ਐਂਟਰਟੇਨਮੈਂਟ ਕਰਨਾ ਚਾਹੁੰਦੇ ਹੋ,
थोड़ा टाइम रिलैक्स करना चाहते हो तो तुसी इस लाइट एंड साउंड शो नू आके जरूर देखियो जी। बहुत ही सुंदर इस विच लाइटिंग की हुई है, थोड़ा एंटरटेनमेंट बहुत अच्छे तरीके नाल हुंदा है। तो इत्थे थोनू एक्टिविटीज़ के एंटरटेनमेंट के नाल नाल जम्मू की हिस्ट्री नू भी दस्या जांदा है कि किस तरह जम्मू का निर्माण होया। जम्मू तवी रिवर के बारे में इत्थे बहुत सारी चीज़ा बारे दस्या गया है। तुसी जद ही आओ तो इस स्पॉट नू जरूर विजिट करियो क्योंकि ये एंटरटेनमेंट के नाल नाल थोड़ी नॉलेज के विच भी वादा करेगा। आओ जी हुण आपां चलदे हां हर की पौड़ी वल नूं। इह ब्रिज बनिया होया जम्मू तवी रिवर दे उपर, तुसी देख सकदे हो थल्ली जम्मू तवी रिवर है जी। हर की पौड़ी आपां हरिद्वार विच भी कवर कीती सी, जेकर तुसी साडी हरिद्वार दी वीडियो नहीं देखी तां उहनूं जाके जरूर देख लियो। ये जा रहे हैं जी आप हर की पौड़ी वाल नू जी। पहले आप चढ़ाइया चढ़ गए तो हम डाउन जा रहा है, ये बिल्कुल नीचे आ हर की पौड़ी। चलते हैं देखते हैं आप दर्शन करते हैं जी हर की पौड़ी दे। थोड़ी इनफॉर्मेशन लिए दस दईए कि इस हर की पौड़ी दे विच मोबाइल कैमरा अलाउड नहीं हैगा। तो थोनों जिते असी अपना शूज़ जमा करवाने उत्थे थोनों अपना जिहड़ा मोबाइल है ते कैमरा उन्हों उत्थे डिपॉजिट करवाना पैंदा क्योंकि अंदर कैमरा ते मोबाइल जिहड़ा है अलाउड नहीं हैगा जी।